दोस्तों एक बार फिर हाजिर हूँ बहुत ही वड्डा अपडेट लेके। तो दोस्तों अपडेट काफी वधिया अपडेट है, जिवें कि कल शामी मैं तुहानू अपडेट करिया सी कि मीटिंग जिहड़ी है कैप्टन साहब दी चल रही है कई डिपार्टमेंटां दे नाल, उन्हां विच पुलिस डिपार्टमेंट भी सी दोस्तों, बट पुलिस डिपार्टमेंट दी हले कोई अपडेट सामने आई नहीं है। जिहड़ी डिपार्टमेंट दी दोस्तों अपडेट आई है उह तुहाडे नाल कंप्लीट सांझा करांगे, बट उस तों पहलां जिन्हां ने भाई कल शाम दी अपडेट नहीं देखी, इस तरीके दा ऑफिशियल अनाउंसमेंट होया सी कि जिन्ने भी डिपार्टमेंट है उन्हां दी वैकेंसियां जिहड़ी है जिहड़ी मोस्ट इंपोर्टेंट है उन्हां नूं क्विकली अनाउंस कर दित्ता जावे। तां दोस्तों एत की कैप्टन साहब दा क्विकली जिहड़ा बहुत छेती आ गया, सवेरे ही अपडेट आ गया सी वैकेंसियां नूं लै के। इत्थे पंजाब स्टेट ई गवर्नेंस सोसाइटी दे विच जिहड़ी है वैकेंसीज आउट हुई है आईटी कैडर दी, ठीक है। ते काफी सारे दोस्तों 300 400 पोस्टां इन्हां ने आउट करी है मोस्ट इंपोर्टेंट, ते इन्हां दी ऑफिशियल साइट है, इत्थे जाके तुसीं ये विजिट कर सकदे हो, नोटिफिकेशन डाउनलोड कर सकदे हो। नोटिफिकेशन जिहड़ा अपडेट हो चुका है, इत्थे दोस्तों क्लोजिंग डेट तुसीं देख लो 21/2/2020 शामी 5 बजे तक दा तुहाडे कोल टाइम रहेगा। नोटिफिकेशन दोस्तों मैं डाउनलोड कर लिया, वो भी तुहानूं फटाफट चेक करवा दें। दोस्तों ਇਹ ਹੈ ਜੀ ਆਫੀਸ਼ੀਅਲ ਨੋਟੀਫਿਕੇਸ਼ਨ, ਤੁਸੀਂ ਸਾਈਟ ਤੇ ਜਾ ਕੇ ਈਜ਼ੀਲੀ ਡਾਊਨਲੋਡ ਕਰ ਸਕਦੇ ਹੋ। ਇੱਥੋਂ ਤੁਸੀਂ ਸੈਲਰੀ ਦੇਖ ਸਕਦੇ ਹੋ, ਕਾਫੀ ਵਧੀਆ ਸੈਲਰੀ ਰਹੇਗੀ। ਟੈਕਨੀਕਲ ਅਸਿਸਟੈਂਟ ਦੀ ਸਭ ਤੋਂ ਛੋਟੀ ਪੋਸਟ ਹੈ ਜਿਸ ਦੀ 35,000 ਰਹੇਗੀ, ਅਸਿਸਟੈਂਟ ਮੈਨੇਜਰ ਦੀ 55,000, ਤੇ ਇਸ ਤੋਂ ਇਲਾਵਾ ਤੁਸੀਂ ਇਹਨਾਂ ਦੀ ਸੈਲਰੀ ਜਿਹੜੀ ਹੈ ਦੇਖ ਸਕਦੇ ਹੋ, ਕਾਫੀ ਵਧੀਆ ਸੈਲਰੀ ਹੈ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਦੋਸਤੋ ਵੈਕੈਂਸੀਆਂ ਦਾ ਡਿਵਾਈਡੇਸ਼ਨ, ਠੀਕ ਹੈ। ਸੀਨੀਅਰ ਸਿਸਟਮ ਮੈਨੇਜਰ ਦੀ ਤਾਂ ਦੋਸਤੋ ਦੋ ਹੀ ਪੋਸਟਾਂ ਇਹਨਾਂ ਨੇ ਅਨਾਊਂਸ ਕਰੀ ਹੈ, ਤੇ ਸਿਸਟਮ ਮੈਨੇਜਰ ਦੀ 19 ਪੋਸਟ ਹੈ, ਅਸਿਸਟੈਂਟ ਮੈਨੇਜਰ ਦੀ 57 ਪੋਸਟਾਂ ਹੈ, ਤੇ ਦੋਸਤੋ ਟੈਕਨੀਕਲ ਅਸਿਸਟੈਂਟ ਦੀ 246 ਪੋਸਟਾਂ ਇਹਨਾਂ ਨੇ ਅਨਾਊਂਸ ਕਰ ਦਿੱਤੀ ਹੈ। ਇੱਥੇ ਦੋਸਤੋ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਗੱਲ ਕਰੀਏ ਤੇ ਉਮਰ ਹੱਦ 18 ਤੋਂ 37 ਸਾਲ ਰੱਖੀ ਗਈ ਹੈ। 1 ਜਨਵਰੀ 2020 ਤੋਂ ਉਮਰ ਦੀ ਜਿਹੜੀ ਹੈ ਉਹ ਕਾਊਂਟਿੰਗ ਸ਼ੁਰੂ ਹੋਏਗੀ, ਤੇ ਜਿਹੜੀ ਬਾਈ ਰਾਖਵੀਂ ਕੈਟੇਗਰੀ ਹੋਏਗੀ ਉਹਨਾਂ ਨੂੰ ਛੂਟ ਵੀ ਮਿਲ ਜਾਏਗੀ। ਇਸ ਤੋਂ ਇਲਾਵਾ ਦੋਸਤੋ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਫਸਟ ਪੋਸਟ ਜਿਹੜੀ ਹੈ ਉਸਦੇ ਵਾਸਤੇ ਬੀਈ ਬੀਟੈਕ, ਠੀਕ ਹੈ, ਇਨਫੋਰਮੇਸ਼ਨ ਟੈਕਨੋਲੋਜੀ ਜਾਂ ਇਹਨਾਂ ਵਿੱਚੋਂ ਕੋਈ ਵੀ ਡਿਪਲੋਮਾ ਤੁਸੀਂ ਕਰਿਆ ਹੈ 50% ਮਾਰਕਸ ਦੇ ਨਾਲ, ਅਤੇ ਤੁਸੀਂ ਕੋਈ ਮਾਸਟਰ ਡਿਗਰੀ ਕੰਪਿਊਟਰ ਐਪਲੀਕੇਸ਼ਨ ਦੀ ਕਰੀ ਹੈ 50% ਮਾਰਕਸ ਦੇ ਨਾਲ, ਤਾਂ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ। ਤੇ ਦੋਸਤੋ ਇੱਕ ਜਿਹੜੀ ਕੁਆਲੀਫਿਕੇਸ਼ਨ ਦੀ ਕੰਡੀਸ਼ਨ ਹੈ ਲਗਭਗ ਸਾਰਿਆਂ ਦੇ ਵਿੱਚ ਸੇਮ ਰਹੇਗੀ। ਸੈਕੰਡ ਜਿਹੜੀ ਪੋਸਟ ਹੈ ਸਿਸਟਮ ਮੈਨੇਜਰ ਦੀ ਯਾਨੀ ਕਿ ਐਸਐਮ ਦੀ, ਇਸ ਦੇ ਵਿੱਚ ਬੀ ਬੀ ਟੈਕ ਦੀ ਡਿਗਰੀ ਤੁਹਾਡੇ ਕੋਲ ਮੰਗੀ ਹੈ, ਤੇ ਇਸ ਦੇ ਵਿੱਚ ਵੀ ਇਹਨਾਂ ਨੇ 50% ਮਾਰਕਸ ਰੱਖੇ ਹੈ, ਤੇ ਮਾਸਟਰ ਡਿਗਰੀ ਵੀ ਤੁਸੀਂ ਕੋਈ ਕੀਤੀ ਹੋਣੀ ਜ਼ਰੂਰੀ ਹੈ। ਸੇਮ ਕੰਡੀਸ਼ਨ ਦੋਸਤੋ ਹਰੇਕ ਪੋਸਟ ਦੇ ਵਿੱਚ ਇਹਨਾਂ ਨੂੰ ਲਾਗੂ ਕਰੀਏ। ਸੋ ਇਹ ਸੀ ਅੱਜ ਦਾ ਬਹੁਤ ਹੀ ਵਧੀਆ ਲੇਟੈਸਟ ਅਪਡੇਟ। ਤੇ ਦੋਸਤੋ ਇੱਕ ਗੱਲ ਨਾ ਭੁੱਲਿਓ, ਜੇ ਸਭ ਤੋਂ ਪਹਿਲਾਂ ਤੁਸੀਂ ਅਪਡੇਟ ਚਾਹੁੰਦੇ ਹੋ ਤਾਂ ਚੈਨਲ ਦੇ ਨਾਲ ਬਣੇ ਰਹੋ, ਕਿਸੇ ਵੀ ਵੇਲੇ ਅਪਡੇਟ ਜਦੋਂ ਆਉਂਦਾ ਹੈ, ਇੱਕ ਦਿਨ ਦੇ ਵਿੱਚ 5 ਅਪਡੇਟ ਵੀ ਆ ਸਕਦੇ, ਠੀਕ ਹੈ। ਪੰਜਾਬ ਸਰਕਾਰ ਜਿਹੜਾ ਹੁਣ ਐਕਸ਼ਨ ਲੈਣਾ ਸਟਾਰਟ ਕਰ ਰਹੀ ਹੈ, ਪਿਛਲੇ 3 ਦਿਨਾਂ ਤੋਂ ਤੁਸੀਂ ਦੇਖਿਆ ਹੋਵੇਗਾ ਦੋਸਤੋ ਬਹੁਤ ਸਾਰੇ ਅਪਡੇਟ ਜਿਹੜੇ ਪੰਜਾਬ ਗਵਰਨਮੈਂਟ ਵੱਲੋਂ ਸਾਹਮਣੇ ਆ ਰਹੇ ਹੈ। ਸੋ ਤੁਸੀਂ ਚੈਨਲ ਦੇ ਨਾਲ ਬਣੇ ਰਹੋ, ਦਿਨ ਦੇ ਵਿੱਚ 5 ਅਪਡੇਟ ਵੀ ਹੋ ਸਕਦੇ, 4 ਵੀ ਹੋ ਸਕਦੇ, ਤੇ ਇਹਨਾਂ ਵਿੱਚੋਂ ਹੋ ਸਕਦਾ ਕੋਈ ਤੁਹਾਡੇ ਕੰਮ ਦਾ ਵੀ ਹੋਏ, ਠੀਕ ਹੈ ਜੀ। ਤਾਂ ਇਸ ਵੀਡੀਓ ਦੀ ਇਨਫੋਰਮੇਸ਼ਨ ਮਿਲਾਂਗੇ ਨੈਕਸਟ ਵੀਡੀਓ ਵਿੱਚ, ਉਦੋਂ ਤੱਕ ਦੇ ਲਈ ਰੱਬ ਰਾਖਾ।